ਚੰਡੀਗੜ੍ਹ 'ਚ ਪੰਜਾਬ ਮੰਤਰੀ ਮੰਡਲ ਦੀ ਬੈਠਕ ਸੋਮਵਾਰ ਨੂੰ ਵਿਧਾਨ ਸਭਾ ਦਾ ਖਾਸ ਇਜਲਾਸ ਸੱਦੇ ਜਾਣ ਦਾ ਫੈਸਲਾ ਰੁਕੇ ਹੋਏ ਬਿੱਲ ਕਿਤੇ ਜਾਣਗੇ ਪਾਸ ਆਦਮਪੁਰ ਏਅਰਪੋਰਟ ਦਾ ਹੋਇਆ ਭੂਮੀ ਪੂਜਨ ਅਰੁਣ ਜੇਟਲੀ ਨੇ ਕੀਤਾ ਭੂਮੀ ਪੂਜਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਸਨ ਮੌਜੂਦ 80 ਏਕੜ ਦੇ ਵਿੱਚ ਬਣੇਗਾ ਏਅਰਪੋਰਟ ਮੋਹਾਲੀ 'ਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ACISBT ਦਾ ਕੀਤਾ ਉਦਘਾਟਨ ਉਪ ਮੁੱਖ ਮੰਤਰੀ ਦਾ ਦਾਅਵਾ ਇਹ ਦੁਨੀਆ ਦਾ ਸਭ ਤੋਂ ਖੂਬਸੂਰਤ ਬੱਸ ਅੱਡਾ ਕਿਸਾਨਾਂ ਦੇ ਕਰਜ਼ ਮੁਆਫੀ ਅਤੇ ਹੋਰ ਮੰਗਾਂ ਨੂੰ ਲੈ ਕੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਦਾ ਵਫਦ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਹੁਲ ਨੇ ਕਿਹਾ ਪ੍ਰਧਾਨ ਮੰਤਰੀ ਨੇ ਮੰਨਿਆ ਕਿਸਾਨਾਂ ਦੀ ਹਾਲਤ ਹੈ ਖਰਾਬ ਪਰ ਕਰਜ਼ੇ ਮੁਆਫੀ ਨੂੰ ਲੈ ਕੇ ਨਹੀਂ ਦਿੱਤਾ ਕੋਈ ਭਰੋਸਾ ਇੰਦਰਾ ਗਾਂਧੀ ਦਾ ਨਾਮ ਲੈ ਕੇ ਪ੍ਰਧਾਨ ਮੰਤਰੀ ਮੋਦੀ ਦਾ ਕਾਂਗਰਸ ਤੇ ਹਮਲਾ ਬੋਲੇ 1971 ਦੇ ਵਿੱਚ ਹੋਣਾ ਸੀ ਨੋਟ ਬੈਨ ਪਰ ਹੁਣ ਲਿਆ ਗਿਆ ਫੈਸਲਾ ਸੁਪਰੀਮ ਕੋਰਟ 'ਚ ਨੋਟ ਬੈਨ ਤੇ ਮਾਮਲਾ ਸੰਵਿਧਾਨਿਕ ਬੈਂਚ ਨੂੰ ਸੌਂਪਿਆ ਗਿਆ ਸੁਣਵਾਈ ਦੇ ਲਈ ਤੈਅ ਕੀਤੇ ਗਏ 9 ਸਵਾਲ ਨੋਟ ਬੈਨ ਤੇ ਦੇਸ਼ ਭਰ ਦੇ ਹਾਈ ਕੋਰਟ ਦੇ ਵਿੱਚ ਲਟਕੀਆਂ ਮਾਮਲਿਆਂ ਦੀ ਸੁਣਵਾਈ ਉੱਤੇ ਲਗਾਈ ਗਈ ਰੋਕ ਸੂਫੀ ਗਾਇਕ ਹੰਸ ਰਾਜ ਹੰਸ ਦਾ ਕੀ ਹੈ ਸਿਆਸੀ ਦਰਦ ਹੱਥ ਛੱਡ ਕੇ ਹੰਸ ਨੇ ਕਿਉਂ ਫੜਿਆ ਕਮਲ ਕੀ ਵਿਧਾਨ ਸਭਾ ਚੋਣ ਲੜਨਗੇ ਹੰਸ ਰਾਜ ਡਾਇਰੈਕਟ ਵਿਦ ਦਿਨੇਸ਼ ਦੇ ਵਿੱਚ ਦੇਖੋ ਪੂਰੀ ਗੱਲਬਾਤ ਅੱਜ ਸ਼ਾਮ 7 ਵਜੇ